सौखी है जी, कहिंदे ड्राइवरी सौखी, देख लो जी हाल। बाकी जान तली दे उत्ते रख के डालर ने जी। हाँ जी, सत श्री अकाल जी। नवे दिन की शुरुआत तो नहीं, बट जिहड़ा सवेर वाला दिन चल रहा सी जी वह कंटिन्यू कर रहे हैं जी। घर पहुंचे सीगा ते एक कॉल आ गई जी इंसीडेंट की, भी ट्रक प्रॉब्लम हुई है जी। उत्थे जा रहे हैं जी आपां, हुणे शुरू है जी काम, सारे अपनी टीम इकट्ठी होगी तो लैके चल दें जी। तुहानू फिर मैकब्राइड बीसी दे विच किदां रिकवरी हुंदी आ तुसीं देखोगे। सारा चौबर करदा आ शीशे साफ, लौंग रूट ते जाना, कहिंदा शीशे ऐन चमकदे चाहीदे आ, दूरों पता लगे। बिल्कुल जी, जरूरी भी आ, इक्विपमेंट का ध्यान रखांगे, रिस्पैक्ट करनी चाहिए जी इक्विपमेंट की पूरी, इक्विपमेंट अपना ध्यान रखो। शीशे हो गया जी साफ, तो डीजल पै गया जी, झोटा तैयार है जी पूरा। हाँ बस गर गर करी जाता, लो जी खिंची आता चॉपर पूरा, मूहरे कहते जी ब्लैक आइस। चलो जी हौली हौली सेफ्टी के नाल तुरे जाते हैं जी, कोई हुण काली नहीं गी। वो बस शुरुआत च कहा सी वीडियो भी हाँ जी, क्योंकि रात का समा बड़ी सेफ्टी सब तो पहला। तो चलो जी मिलते हैं जी, वीडियो के एंड तक बने रहो। ਨੇਰਾ ਟਾਈਮ ਹੋ ਗਿਆ ਜੀ, ਕਿੰਨਾ ਟਾਈਮ ਹੋ ਗਿਆ ਪਰ ਵੀ 11 ਵਜੇ ਦਾ। ਓਕੇ ਜੀ, 11:15 ਹੋ ਗਏ, ਆਲਮੋਸਟ 3:30-4 ਵਜੇ ਦੇ ਗੇਟ ਦੇ ਸ਼ਾਇਦ ਪਹੁੰਚਾਂਗੇ। ਲਓ ਜੀ ਹੋ ਗਏ ਪੀਸੀ ਐਂਟਰ, ਬਾਰਡਰ ਆ ਗਿਆ ਪੀਸੀ ਦਾ। ਸਵੇਰ ਦੇ ਵਜੇ ਆ ਜੀ 2:30, ਸੜਕ ਪੂਰੀ ਸ਼ੀਸ਼ਾ ਬਣੀ ਪਈ ਹੈ, फ्रीजिंग रेन हो रही है इतने बीसी दे विच। यूनिट लगभग जा रहा जी, कितने डिग गया हाल इन्ना माड़ा जी, एक टायर स्नो के उत्ते एक ब्लैक आइस के उत्ते है जी, तुरे जाने जी हौली हौली यूनिट नूं लभदे होए। आ देखो जी यूनिट, अरे सारा कच बनया पाया शीशा, ब्लैक आइस रखा। वाह, ट्रक दी ब्रेकां नहीं सी लग रही, इन्ना हाल माड़ा जी। बहुत ध्यान नाल तुरना पै रहा जी, तुरया भी नहीं जाता। असी अर्ली मॉर्निंग उरे पहुँच गया जी, शो हो सकता वीडियो च नेरा ज़्यादा आवे जी। आ लो जी ओदी पई वैन, उत्थे हैगा जी ट्रक, आ रही ओदी ड्राइव वैन, ते इहदे च वी लोड आ जी। कि जी बेंच पा ली है जी, ते ऑल सेट टू गो। आ गया आ गया, वेरी गुड। कई यूनिट नु कट दिए जी बाहर, हुण सौखी है जी, कहिंदे ड्राइवरी सौखी, देख लो जी हाल। बाकी जान तली दे उत्ते रख के डालर ने जी, इहो जिहे वैदर च चलाउणे जी ट्रक। साड़िया चार गड्डिया क्रू दिया सीगिया, सानू पता कितना आए जी। वाह, ऑलमोस्ट आ गए जी बाहर। कट लिया जी फिर फाइनली बार, ऑलमोस्ट
सवेर के 6 बजे का टाइम जी, नेरा पूरा ਸਤਿ ਸ਼੍ਰੀ ਅਕਾਲ ਜੀ। ਨਵੇਂ ਦਿਨ ਦੀ ਸ਼ੁਰੂਆਤ ਕਰਦੇ ਜੀ। ਅੱਜ ਅਸੀਂ ਹੈਗੇ ਹਾਂ ਜੀ ਮੈਕਬ੍ਰਾਈਡ BC ਦੇ ਵਿੱਚ। ਸੌਰੀ ਜੀ ਹੁਲੀਆ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਹੋਣਾ ਕਿਉਂਕਿ ਕੱਲ੍ਹ ਦੇ ਚੱਲ ਸੋ ਚੱਲ ਹੋ ਰਹੀ ਹੈ ਜੀ। ਸਵੇਰੇ ਕੰਮ 'ਤੇ ਗਏ, ਘਰ ਵਾਪਸੀ ਆਉਂਦੇ ਪਏ ਸੀ 8:30-9 ਵਜੇ, 8:30 ਵਜੇ ਦੇ ਕਰੀਬ, ਅਤੇ ਕਾਲ ਆ ਗਈ ਜੀ ਵੀ ਰਿਕਵਰੀ 'ਤੇ ਜਾਣਾ ਜੀ ਆਪਾਂ। ਅਤੇ ਸਾਡੀ ਟੀਮ ਫਿਰ ਉਸੇ ਵੇਲੇ ਫਟਾਫਟ ਅਸੀਂ ਤਿਆਰੀਆਂ ਖਿੱਚੀਆਂ, ਤੇਲ ਪਾਣੀ ਕੀਤਾ ਜੀ ਫੁੱਲ ਟਰੱਕਾਂ ਦੇ ਵਿੱਚ, ਅਤੇ 2 ਟਰੱਕ 2 ਪਿੱਕੇ ਅਤੇ 7 ਜਣਿਆਂ ਦੀ ਸਾਡੀ ਟੀਮ ਆਈ ਹੈ ਜੀ ਰਿਕਵਰੀ 'ਤੇ। ਅਤੇ ਉਹ ਵਾਲਾ ਟਰੱਕ ਅਸੀਂ ਸਵੇਰੇ 4:00 ਵਜੇ ਪਹੁੰਚ ਗਏ ਸੀ ਜੀ BC ਟਾਈਮ। ਉਹ ਵਾਲਾ ਟਰੱਕ ਅਸੀਂ ਸਾਰਾ ਕੱਢ ਕੇ ਲਿਆਂਦਾ ਜੀ, ਅਤੇ ਇਹਦੀ ਮੈਂ ਫੁਟੇਜ ਪਾਊਂਗਾ ਵਿੱਚ, ਬਟ ਉਹ ਹਨੇਰੇ ਦੀ ਫੁਟੇਜ ਹੋਣੀ ਕਿਉਂਕਿ ਅਰਲੀ ਮਾਰਨਿੰਗ ਆ ਕੇ ਅਸੀਂ ਨਾਲ ਦੀ ਨਾਲ ਕੰਮ ਸ਼ੁਰੂ ਕਰਤਾ ਸੀਗਾ ਜੀ। ਫਿਰ ਜਦੋਂ ਟਰੱਕ ਕੱਢਿਆ 2-3 ਘੰਟੇ ਆਰਾਮ ਕੀਤਾ ਜੀ। ਆਰਾਮ ਵੀ ਕਾਹਦਾ, ਬੇਆਰਾਮੀ ਸੀਗੀ, ਮੈਂ ਸਾਫਾ ਵੀ ਉਹ ਟਰੱਕ ਦੇ ਸਟੈਪ ਦੇ ਉੱਤੇ ਖੜ ਕੇ ਅਤੇ ਫਿਰ ਮੈਂ ਬੰਨਿਆ ਜੀ। ਅਤੇ ਬਟ ਇੱਥੇ ਤਾਂ ਹਲੇ ਪੇੜ ਨੇ ਜੀ, ਵੈਦਰ ਇੰਨਾ ਸੋਹਣਾ ਆਲਾ ਦੁਆਲਾ, ਬਿਊਟੀਫੁੱਲ ਜੀ ਬਿਊਟੀਫੁੱਲ। ਇਹ ਹੈਗੀ ਹੈ ਜੀ ਸਕੀਮ ਵਾਸਤੇ ਮਸ਼ਹੂਰ ਹੈ ਜੀ ਇਹ ਜਗ੍ਹਾ। ਅਤੇ ਲੋਡ ਜਿਹੜਾ ਜੀ ਉਹ ਸਾਰੀਆਂ ਗਰੋਸਰੀਆਂ ਭਰੀਆਂ, ਅਤੇ ਸਲਿਪਰੀ ਇਸ ਟਾਈਮ ਇੰਨਾ ਵੀ ਜੇ ਤੁਸੀਂ ਕੋਈ ਕੰਮ ਵੀ ਕਰਨਾ ਤਾਂ ਬਸ ਇੱਕ ਦੂਜੇ ਦਾ ਸਹਾਰਾ ਲੈ ਕੇ ਅਤੇ ਅਸੀਂ ਕਰਦੇ ਪਏ ਹਾਂ ਜੀ। ਲਓ ਜੀ ਚੋਬਰ ਖੜ੍ਹੇ ਉਡੀਕ ਕਰਦੇ ਹੋਏ, ਗਾਹ ਪਾਏ ਜਾਣਗੇ ਪੂਰੇ। ਅਤੇ ਆ ਗਿਆ ਜੀ ਆਪਣਾ ਐਡਮਿੰਟਨ ਟੋਇੰਗ ਦਾ ਟਰੱਕ ਜੀ, ਨਹੀਂ ਦੱਸਦੇ ਜੀ ਵਾਰੀ ਵਾਰੀ ਆ ਅੱਗੇ ਪਿੱਛੇ। ਖੜਾ ਜੀ ਕੈਵੀ ਵੀਰਾ, ਉੱਥੇ ਟ੍ਰੈਫਿਕ ਕਰ ਰਿਹਾ ਜੀ। ਇੱਧਰ ਵਿੱਕੀ ਵੀਰ ਸਾਰਾ ਮਨਿਊਵਰ ਦੇਖ ਰਿਹਾ ਵੀ ਸਾਰੇ ਸੇਫ ਨੇ ਜੀ, ਸਾਰਾ ਚੱਲ ਰਿਹਾ ਜੀ ਓਪਰੇਸ਼ਨ, ਕਿਉਂਕਿ ਹਾਈਵੇ ਦੇ ਉੱਤੇ ਆ ਜੀ, ਤੁਸੀਂ ਦੇਖ ਸਕਦੇ ਹੋ। ਬਹੁਤ ਛੋਟਾ ਜਿਹਾ ਪਿੰਡ ਹੈ ਜੀ ਇਹ। ਚਲੋ ਜੀ ਅੱਗੇ ਕੰਮ ਸ਼ੁਰੂ। ਲਓ ਜੀ ਫਾਈਨਲੀ ਡਨ ਹੋ ਗਿਆ ਜੀ। ਬੜਾ ਇਹਨੇ ਚੱਕਰ ਚਲਾਇਆ ਟ੍ਰੇਲਰ ਨੇ, ਇੱਕ ਪਾਸਿਓਂ ਆ ਨਹੀਂ ਸੀ ਰਿਹਾ ਥੱਲੇ, ਸੋ ਸਾਰਾ ਹੀਲਾ ਕੀਤਾ ਜੀ ਇਹਦਾ ਕਰਕੇ ਦੋਵੇਂ ਟੋ ਟਰੱਕ ਲੱਗੇ। ਅਤੇ ਮੈਂ ਉਦੋਂ ਚਲ ਗਿਆ ਸੀਗਾ ਉੱਥੇ ਟ੍ਰੈਫਿਕ ਮੈਨੇਜ ਕਰਨ, ਅਤੇ ਫੋਨ ਉਰੇ ਲੱਗਿਆ ਸੀ ਟਾਈਮ ਲੈਪਸ ਦੇ ਉੱਤੇ, ਅਤੇ ਉਹਦੇ ਕਰਕੇ ਫਿਰ ਮੈਂ ਉਹਦੀ ਵੀਡੀਓ ਨਹੀਂ ਬਣਾ ਸਕਿਆ, ਬਟ ਟਾਈਮ ਲੈਪਸ ਦੇ ਵਿੱਚ ਹੈਗੀ ਹੈ ਜੀ। ਅਤੇ ਸੇਫਟੀ ਚੇਨਾ ਪਾ ਲਈਆਂ ਜੀ, ਅਤੇ ਦੇਖੋ ਜੀ ਲੱਗੇ ਆ ਚੋਬਰ ਗਾਹ ਪਾਉਣ ਪੂਰਾ। ਆਈਸ ਬਣੀ ਪਈ ਆ, ਬਲੈਕ ਆਈਸ,
बड़ा औखा सी कढ़े ट्रेलर ते देखो जी चोबर सारा तरीका क्योंकि वड्डे वड्डे ट्रक ने ब्रेकां भी नहीं लगदियां जी उन्हां दियां ते सारा मैनेज करना पैंदा जी तरीके दे नाल देखो जी ते आ शेर देख लो मामा हौली लोगों नूं सेफ्टी की कोई परवाह नहीं देख लो किन्नी तेज भजा के लै गया जबकि इहदी स्पीड 15 तो उत्ते नहीं सी होनी चाहिए बट चलो कोई गल नहीं जी कुछ सियाने लोग भी ने ते कोई इहो जिहे ने जिन्हां नूं बाली काली है जी बट लोगों का भी ध्यान रखना चाहिए जी आपां नूं कल्ली अपनी नहीं सोचनी चाहिए वीडियो नूं लाइक करो शेयर करो कमेंट करके दसो किदां दी लगी तुहाडा अपना चैनल है जी इहनूं सबसक्राइब करो